ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਵਾਨ ਟੀਵੀ ਮੈਸਤੰਦਰ ਸਿੰਘ ਖੇਰਾ ਮੇਰੇ ਨਾਲ ਨਰੇਸ਼ ਗੋਇਲ ਜੀ ਨੇ ਬਟਾਲਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨੇ ਔਰ ਬਟਾਲਾ ਨੂੰ ਲੈ ਕੇ ਕਿਉਂਕਿ ਬਟਾਲਾ ਇਤਿਹਾਸਿਕ ਸ਼ਹਿਰ ਹੈ ਔਰ ਅਜੇ ਤੱਕ ਵੀ ਬੜੀਆਂ ਸਾਰੀਆਂ ਔਣਤਾਈਆਂ ਜਿਹੜੀਆਂ ਨੇ ਬਟਾਲੇ ਨੂੰ ਲੱਗ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਨਰੇਸ਼ ਗੋਇਲ ਇੰਪਰੂਵਮੈਂਟ ٹرسٹ ਚੇਅਰਮੈਨ ਬਟਾਲਾ ਮੈਂ ਬਹੁਤ ਧੰਨਵਾਦੀ ਹਾਂ ਆਪਣੀ ਆਮ ਆਦਮੀ ਪਾਰਟੀ ਦਾ ਸ਼੍ਰੀ ਭਗਵੰਤ ਮਾਨ ਜੀ ਦਾ ਆਪਣੇ ਨੈਸ਼ਨਲ ਕਨਵੀਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪਰ ਨੈਸ਼ਨਲ ਸਚੀਬ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਕਿ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪ ਕੇ ਬਟਾਲਾ ਪ੍ਰਗਮ ਤਸਦਾ ਚੇਅਰਮੈਨ ਬਣਾਇਆ ਗਿਆ ਔਰ ਮੈਂ ਉਮੀਦ ਕਰਦਾ ਹਾਂ ਕਿ ਜਿਹੜੀਆਂ ਆਸਾਂ ਨਾਲ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਉਹਨਾਂ ਆਸਾਂ ਤੇ ਮੈਂ ਖਰਾ ਉਤਰਾਂ ਅੱਛਾ ਜਦੋਂ ਬਟਾਲੇ ਦੀ ਗੱਲ ਕਰਦੇ ਹਾਂ ਤੇ ਮੈਂ ਕਿਤੇ ਪੜ ਰਿਹਾ ਸੀ ਕਿ ਬਟਾਲਾ ਅਜੇ ਵੀ ਰੇਲਵੇ ਸਟੇਸ਼ਨ ਜਿਹੜਾ ਆ ਜਿਹੜਾ ਆਪਾਂ ਕਹਿੰਦੇ ਆ ਕਿ ਬਟਾਲਾ ਦਾ ਵਪਾਰੀ ਜਿਹੜਾ ਆ ਉਹਨੂੰ ਦਿੱਲੀ ਜਾਣ ਵੇਲੇ ਬਹੁਤ ਔਖ ਆ ਰਹੀ ਹੈ ਸਿੱਧਾ ਸਮਾਨ ਲਿਆਉਣ ਬਾਰੇ ਬਹੁਤ ਔਖ ਆ ਰਹੀ ਹੈ ਉਹਨੂੰ ਲੈ ਕੇ ਬਾਬਤ ਕੁਝ ਕਰ ਰਹੇ ਹੋ ਤੁਸੀਂ ਉਹਦੇ ਵਾਸਤੇ ਦੇਖੋ ਜੀ ਇਹ ਤੇ ਸੈਂਟਰ ਦਾ ਮਹਿਕਮਾ ਰੇਲਵੇ ਦਾ ਜਾਂ ਜਿਹੜੀ ਕਨੈਕਟੀਵਿਟੀ ਆ ਜਿਹੜੀ 2 ਯਰ ਦੀ ਜਾਂ ਦੂਸਰੇ ਚੀਜ਼ਾਂ ਦੀ ਗੱਲਾਂ ਦਿੱਲੀ ਤੋ ਲੈ ਕੇ ਇਹ ਸਾਡੀ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਦੇ ਹੱਥ 'ਚ ਆ ਸਾਡੀ ਲੋਕਲ ਸਰਕਾਰ ਜਿਹੜੀ ਆ ਜਾਂ ਜਿਹੜੀ ਸੂਬਾ ਸਰਕਾਰ ਦੇ ਹੱਥ 'ਚ ਨਹੀਂ ਹੈਗਾ ਔਰ ਆਪਾਂ ਰਿਕਵੈਸਟ ਜਦੋਂ ਵੀ ਕਰਨੇ ਆ ਇਹਨਾਂ ਨੂੰ ਭਗਵੰਤ ਮਾਨ ਜੀ ਨੇ ਵੀ ਦਿੱਲੀ ਜਾ ਕੇ ਕੋਸ਼ਿਸ਼ ਕੀਤੀ ਹੈ ਇਹਦੇ ਬਾਰੇ ਔਰ ਕੋਸ਼ਿਸ਼ ਕਰਾਂਗੇ ਵੀ ਜਲਦੀ ਇਹਦੇ ਬਾਰੇ ਕੋਈ ਹੱਲ ਕੀਤਾ ਜਾਏ ਇਹਦੇ ਬਾਰੇ अच्छा बट ਤੁਹਾਨੂੰ ਲੰਬਾ ਸਮਾਂ ਹੋ ਗਿਆ ਬਟਾਲੇ ਦੀਆਂ ਜਿਹੜੀਆਂ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਤੁਹਾਨੂੰ ਲੱਗਦਾ ਵੀ ਸਮੱਸਿਆਵਾਂ ਬੜੀਆਂ ਵੱਡੀਆਂ ਸੀ ਜਿਹੜੀਆਂ ਤੁਹਾਡੇ ਉਹਨਾਂ ਸਾਲ ਹੋ ਜਾਣਗੀਆਂ ਚਾ ਹੋਣਗੀਆਂ ਦੇਖੋ ਕੋਸ਼ਿਸ਼ ਸਕੀਮਾਂ ਜਿਹੜੀਆਂ ਨੈਗਲੀਜੈਂਸੀ ਕਰਕੇ ਸਰਕਾਰਾਂ ਦੀ ਰੁਕੀਆਂ ਹੋਈਆਂ ਸੀ ਜਿੱਦਾਂ ਕਿ ਸਾਡੇ ਪਟਾਰ ਚ ਕਜੂਰੀਕੇਟ ਦੀ ਇੱਕ ਮਾਰਕੀਟ ਬਣੀ ਹੋਈ ਹੈ 2006 ਦੀ ਬਣੀ ਹੋਈ ਹੈ ਲੇਕਿਨ ਥੋੜੀ ਜਿਹੜੀ ਲੀਗਲ ਜਿਹੜੀ ਰਿਡਿਕੇਸ਼ਨ ਸੀ ਉਹਦੇ ਕਰਕੇ ਉਹ ਰੁਕੀ ਹੋਈ ਹੈ ਅਸੀਂ ਉਹਨੂੰ ਰਿਸਪੌਂਸ ਨਹੀਂ ਕਰ ਪਾ ਰਹੇ ਦੀ ਆਪਸ਼ਨ ਨਹੀਂ ਕਰ ਪਾ ਰਹੇ 42 ਦੁਕਾਨਾਂ ਨੇ ਉੱਥੇ ਉਹ ਉਹਨਾਂ ਦੇ ਵਿੱਚ 1000 ਦੁਕਾਨਾਂ ਦਾ ਵਾਰਦ ਦਿੱਤਾ ਗਿਆ ਸੀ ਲੇਕਿਨ ਤਿੰਨ ਕਲੇਮਰ ਹੋਰ ਆ ਗਏ ਜਿਹੜੇ ਕਿ ਉਸ ਵਾਰਡ ਚ ਸ਼ਾਮਲ ਹੋਣਾ ਚਾਹੁੰਦੇ ਸੀ ਤੇ ਅਸੀਂ ਮੈਂ ਉਹਨਾਂ ਨੂੰ ਪਰਮਿਸ਼ਨ ਲੈਣ ਵਾਸਤੇ ਆਈ ਕਮਾਂਡਰ ਨੂੰ ਚੰਡੀਗੜ੍ਹ ਸਾਡੇ ਜਿਹੜਾ ਲੋਕਲ ਬਾਡੀ ਮਿਨਿਸਟਰ ਜੀ ਨੂੰ ਫਾਈਲ ਜਲਦੀ ਭੇਜ ਰਿਹਾ ਤਾਂ ਕਿ ਜਿਹੜੀਆਂ 17 ਸਾਲ ਤੋਂ ਦੁਕਾਨਾਂ ਬੰਦ ਪਈਆਂ ਮਾਰਕੀਟ ਬੰਦ ਪਈ ਹੈ ਉਹ ਡੈਮੋ ਜੋਰ ਚ ਵੱਜੇ ਔਰ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਖੋਲ ਸਕੀਏ ਔਰ ਔਰ ਨਾਲ ਉਰੂਮਰ ਤਸ ਨੂੰ ਰੈਵਨੂ ਵੀ ਆਏਗਾ ਜੀ अच्छा इंप्रूवमेंट ट्रस्ट ਦੀ ਗੱਲ ਤਾਂ ਤੁਸੀਂ ਕਰ ਰਹੇ ਹੋ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਵਪਾਰੀ ਜਿਹੜੇ ਆ ਉਹ ਇਹ ਕਹਿੰਦੇ ਆ ਜਾਂ ਇਹ ਕਹ ਲਓ ਕਿ ਓਵਰオール ਜਿਹੜਾ ਚਾਹੇ ਮਿਊਸਪਲ ਕਾਰਪੋਰੇਸ਼ਨ ਦਾ ਹੋਣਾ ਜਾਂ ਫਿਰ ਵਪਾਰੀ ਹੋਵੇ ਕਹਿੰਦਾ ਜੀ ਪੰਜਾਬ ਦੇ ਵਿੱਚ ਅਫਸਰशाही ਬਹੁਤ ਜ਼ਿਆਦਾ ਹਾਵੀ ਆ ਜਾਂ ਇਹ ਕਹ ਲਓ ਕਿ ਮਾਨ ਸਰਕਾਰ ਮਾਨ ਹੁਣੀ ਆਪ ਵੀ ਕਹਿ ਰਹੇ ਸੀਗੇ ਸੀਮਾਨ ਹੁਣੀ ਵੀ ਕਾਂਗਰਸ ਟਾਈਮ ਅਫਸਰशाही ਜਿਹੜੀ ਸੀਗੀ ਉਹ ਬਹੁਤ ਸਟ੍ਰਿਕਟ ਸੀਗੀ ਤੁਹਾਨੂੰ ਲੱਗਦਾ ਕਿ ਹੁਣ ਅਫਸਰशाही ਜਿਹੜੀ ਹੈ ਉਹ ਉਹਦੇ ਨਾਲ ਮਿਲ ਕੇ ਕੰਮ ਹੋ ਰਿਹਾ ਜਿਹੜੀ ਸੈਂਟਰ ਸਰਕਾਰ ਹੈ ਜੀ ਦੇਖੋ ਉਹ ਬੀਜੇਪੀ ਦੀ ਸਰਕਾਰ ਉਹ ਉਹ ਆਪਣੇ ਹਿਸਾਬ ਨਾਲ ਚੱਲ ਰਹੀ ਹੈ ਕਾਂਗਰਸ ਸਰਕਾਰ ਦੀ ਸਾਡੇ ਕਮੇਟੀ ਕਾਰਪੋਰੇਸ਼ਨ ਹੈ ਉਹ ਆਪਣੇ ਹਿਸਾਬ ਨਾਲ ਚੱਲ ਰਹੀ ਹੈ ਔਰ ਸਾਡੀ ਆਮ ਆਦਮੀ ਪਾਰਟੀ ਨੂੰ ਸਾਰੇ ਹੀ ਜਿਹੜੇ ਖੇਤਕਦੂ ਕਰਕੇ ਤੇ ਕੰਮ ਨਹੀਂ ਕਰਨ ਦਿੰਦੇ ਜੇ ਤਾਲਮੇਲ ਬਣਾਈਏ ਜੇ ਸੀ ਆਪਣੇ ਪਾਰਟੀ ਦੀ ਤੋਂ ਉੱਤੇ ਉੱਠ ਕੇ ਲੋਕਾਂ ਦੇ ਹਿਤਵਾਤੇ ਸੋਚੀਏ ਇੱਕ ਛੋਟੋਕੇ ਚਲੀ ਇਹ ਵੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਅੱਛਾ ਪਟਾਲੇ ਦੇ ਵਿੱਚ ਕੱਪੜਾ ਵਪਾਰੀ ਜਿਹੜੇ ਨੇ ਉਹ ਸਸ ਸ਼ਿਕਾਇਤ ਕਰਦੇ ਨੇ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ ਆ ਉਹਨਾਂ ਦੇ ਲਈ ਕੁਝ ਖਾਸ ਪਰ ਦੇਖੋ ਜੀਐਸਟੀ ਦਾ ਪ੍ਰੋਵੀਜ਼ਨ ਜਿਹੜਾ ਵਾ ਉਹ ਕੱਪੜਾ ਵਪਾਰੀ ਜਿਹੜੇ ਛੋਟੇ ਵਪਾਰੀ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਕਿ ਮੁਨੀਮ ਰਾਕੇ ਜਾਂ ਸੀਆਰਟੈਕ ਦੇ ਬਿੱਲ ਕਟਾ ਕੇ ਉਹ ਕਿਸ ਤਰ੍ਹਾਂ ਕੰਮ ਕਰਨ ਉਹਨ ਮਰਕੂਸਤ ਮੇਮੜ ਦੇ ਕਿ ਆ ਜਾਂਦੇ ਨੇ ਔਰ ਜਿਦੋਂ ਦਾ ਸਵਾਲ ਇੰਡਸਟਰੀ ਪਟਿਆਲਾ ਦਾ ਉੱਥੇ ਵੀ ਅੱਜ ਕੱਲ ਇਹ ਬਹੁਤ ਕਾਫੀ ਇੰਡਸਟਰੀ ਸਲੰਪ ਚੱਲ ਰਿਹਾ ਆਲ ਓਵਰ ਵਰਲਡ ਲੈਵਲ ਦਾ ਸਲੰਪ ਹੈ ਉਹਦੇ ਨਾਲ ਨਾਲ ਜਿਹੜੇ 10 ਸਾਲ ਤੋਂ ਕਰੀਬ ਹੋ ਗਏ ਸਾਡੇ GST ਨੂੰ ਲੱਗਿਆ ਲੇਕਿਨ ਜਿਹੜੇ ਪੁਰਾਣੇ ਸੀ ਫਾਰਮ ਹੈ ਉਹ ਅਜੇ ਵੀ ਅਫਸਰ ਉਹਨਾਂ ਦੀ ਡਿਮਾਂਡ ਕਰ ਰਹੇ 10 ਸਾਲ ਪਹਿਲੇ ਜਿਹੜੇ VAT ਵੇਲੇ ਅਸੀਂ ਪ੍ਰੋਡਿਊਸ ਕਰਾਣੇ ਸੀ ਤੇ ਜਦੋਂ GST ਲੱਗ ਗਈ ਤੇ ਸਾਨੂੰ ਕਸਟਮਰ ਨੇ ਪ੍ਰੋਡਿਊਸ ਨਹੀਂ ਕੀਤੇ ਉਹ ਵੀ ਇੱਕ ਹਰ ਸਮੱਸਿਆ ਆ ਰਹੀ ਹੈ ਤਾਂ ਕਿ ਸਾਨੂੰ ਅਫਸਰ ਸਾਹਿਬ ਤੋਂ ਨਿਜਾਦ ਦਵਾਈਏ ਇਸ ਕੰਮ ਤੋਂ ਵੀ ਕਿ ਜਿਹੜੀ ਜਿਉਂਦੀ ਦੀ GST ਲੱਗੀ ਆ ਉਸ ਤੋਂ ਪੁਰਾਣੇ ਜਿਹੜੇ ਸੀ ਫਾਰਮ ਆ ਉਹ ਵਪਾਰੀ ਵਰਗ ਨੂੰ ਮਾਫ ਕੀਤੇ ਜਾਣਾ ਚਾਹੀਦੇ ਆ ਮੈਂ ਮਾਨ ਸਰਕਾਰ ਨੂੰ ਕਹਿੰਦਾ ਜੀ ਇਹ ਕਰਦਣ ਸਾਡੇ ਵਾਸਤੇ ਤੇ ਬਹੁਤ ਧੰਨਵਾਦੀ ਹੋਵਾਂਗਾ ਗੋਇਲ ਸਾਹਿਬ ਹੁਣ ਤਾਂ ਥੋੜੀ ਆਮ ਆਦਮੀ ਪਾਰਟੀ ਤੋਂ ਤੁਸੀਂ ਵੀ ਤੁਹਾਡਾ ਵੀ ਵਾਪਸ ਧਰਿਆ ਆ ਇੰਡਸਟਰੀ ਪੰਜਾਬ ਚ ਨਹੀਂ ਆ ਰਹੇ ਖਾਸ ਕਰਕੇ ਜੇ ਬਟਾਲੇ ਦੀ ਗੱਲ ਕਰੀਏ ਤਾਂ ਬਟਾਲਾ ਬਹੁਤ ਲੰਬੇ ਸਮੇਂ ਤੋਂ ਇਸ ਲਈ ਸੰਘਰਸ਼ ਕਰ ਰਿਹਾ ਉਹਦੇ ਲਈ ਵੀ ਤੁਸੀਂ ਕਹਿੰਦੇ ਹੋ ਕਿ ਨਵੇਂ ਕੋਈ ਇੰਡਸਟਰੀ ਲੱਗਣੀ ਚਾਹੀਦੀ ਹੈ ਦੇਖੋ तकरीबन ਸਵਾ ਕਸਾਲ ਦੇ ਕਰੀਬ ਹੋਇਆ ਸਾਡੀ ਸਰਕਾਰ ਨੂੰ ਆ ਉਹਦੇ ਵਿੱਚ ਸਾਰੇ ਕੰਮ ਹੋ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ 300 ਯੂਨਿਟ ਮਾਫ ਦੀ ਜਿਹੜੀ ਸੀ ਮਹੀਨੇ ਦੀ 600 ਯੂਨਿਟ 2 ਮਹੀਨਿਆਂ ਦਾ ਮਾਫ ਕਰਨ ਦੀ ਸਕੀਮ ਉਹਨੂੰ ਲਾਗੂ ਕੀਤਾ ਗਿਆ ਉਸ ਤੋਂ ਬਾਅਦ 580 ਮੁਲਾਕਲੀਨਿਕ ਨਹੀਂ ਖੋਲੇ ਗਏ ਐਜੂਕੇਸ਼ਨ ਵਾਸਤੇ ਵੀ 인ਫਰਾਸਟ੍ਰਕਚਰ ਬਹੁਤ ਵਧੀਆ ਤਿਆਰ ਹੋ ਰਿਹਾ ਸਕੂਲ ਕਾਲਜ ਉਹਨਾਂ ਨੂੰ ਮੋਡਰਨਾਈਜ਼ ਕਰਨ ਦੀ ਔਰ ਮੁਲਾਕਲੀਨਿਕਾਂ ਨੂੰ ਮੋਡਰਨਾਈਜ਼ ਕਰਨ ਦੀ ਸਾਰੀ ਕੋਸ਼ਿਸ਼ ਚੱਲ ਰਹੀ ਆ ਔਰ ਇਹਦੇ ਬਾਰੇ ਜਲਦੀ ਹੀ ਮੈਂ ਜਦੋਂ ਵੀ ਮਨ ਮੌਕਾ ਮਿਲੇਗਾ ਇੰਡਸਟਰੀ ਵੱਡੀ ਲਾਣ ਵਾਸਤੇ ਰੋਜ਼ਗਾਰ ਮਿਲਣ ਵਾਸਤੇ ਲੋਕਾਂ ਨੂੰ ਮੈਂ ਮਾਨ ਸਰਕਾਰ ਨੂੰ ਜਾਂ ਜਿਹੜੇ ਮੇਰੇ ਜਿੱਥੇ ਤੱਕ ਮੇਰੀ ਕੋਸ਼ਿਸ਼ ਹੋਏਗੀ ਮੈਂ ਉਹਨਾਂ ਨੂੰ ਸੁਣਿਆ ਪਹੁੰਚਾਵਾਂਗਾ ਤਾਂ ਕਿ ਲੇਬਰ ਨੂੰ ਵੀ ਕੰਮ ਮਿਲ ਸਕੇ ਉਹ ਪਾਰੀਵਾਰਕ ਵੀ ਨੂੰੇ ਕੰਮ ਮਿਲ ਸਕੇ ਔਰ ਲੋਕਾਂ ਨੂੰ ਵਧੀਆ ਰੋਜ਼ਗਾਰ ਮਿਲ ਸਕੇ ਜੀ ਬਹੁਤ ਬਹੁਤ ਸ਼ੁਕਰੀਆ ਜੰਦੇ ਵਕਤ ਕੋਈ ਸਨਿਆ ਦੇਣਾ ਚਾਹਤਾ ਮੈਂ ਬਹੁਤ ਧੰਨਵਾਦੀ ਆ ਪੰਜਾਬ ਕੇਸਰੀ ਦਾ ਔਰ ਤੁਹਾਡਾ ਵੀ ਔਰ ਖਾਸ ਕਰਕੇ ਜਿਹੜੇ ਸਾਡੇ ਪਿਤਾ ਸਮਾਨ ਵਿਜੇ ਚੋਪੜਾ ਜੀ ਨੇ ਜਿਨ੍ਹਾਂ ਨਾਲ ਮੈਂ ਮਿਲ ਕੇ ਆਇਆ ਔਰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਮਾਨ ਸਨਮਾਨ ਉਹਨਾਂ ਨੇ ਦਿੱਤਾ ਆਸ਼ੀਰਵਾਦ ਦਿੱਤਾ ਮੈਨੂੰ ਔਰ ਉਹਨਾਂ ਦੇ ਜਿਹੜੇ بیٹے ਨੇ ਉਨਾਸ਼ ਚੋਪੜਾ ਜੀ ਮੇਰੇ ਭਰਾ ਸਮਾਨ ਉਹਨਾਂ ਨੇ ਵੀ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਹੈ ਕਿ ਮੈਂ ਆ ਪੰਜਾਬ ਕੇਸਰੀ ਦਾ ਬਹੁਤ ਬਹੁਤ ਧੰਨਵਾਦੀ ਹੋ ਗਿਆ ਔਰ ਬਹੁਤ ਮਰੀਦ ਹੋ ਗਿਆ ਇਸ ਵਾਰ ਦਾ ਬਹੁਤ ਬਹੁਤ ਸ਼ੁਕਰੀਆ ਏਸੀ ਨਰੇਸ਼ ਗੋਇਲ ਬਟਾਲਾ ਇੰਪਰੂਵਮੈਂਟ ਅਸ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੀ ਸਰਕਾਰ ਉਮੀਦਾਂ ਹਰ ਕਿਸੇ ਵਰਗ ਨੂੰ ਵੀ ਬਹੁਤ ਨੇ ਪਰ ਇਹ ਉਮੀਦਾਂ ਕਦੋਂ ਤੱਕ ਰਿਐਲਿਟੀ ਆਉਣਗੀਆਂ ਇਹ ਸਮਾਂ ਦੱਸੇਗਾ ਮੈਂ ਕੈਮਰਾਮੈਨ ਸਾਹਿਬ ਦੇ ਨਾਲ ਸਤਿੰਦਰ ਸਿੰਘ ਖੇਰਾ ਜਲੰਧਰ ਤੋਂ